ਸੋ ਆਓ ਬਿਲਕੁਲ ਇੰਤਜ਼ਾਰ ਖਤਮ ਕਰਦੇ ਹੋਏ, ਸੋ ਪਿਆਰੀ ਜੀ ਹਾਜ਼ਰੀ ਨਾਲ ਵਨੀਤ ਖਾਨ ਜੀ। ਖਵਾਤੀਨ ਹਜ਼ਰਾਤ, ਅੱਜ ਇਸ ਪਾਕ ਸਰ ਜ਼ਮੀਨ 'ਤੇ ਹਾਜ਼ਰੀ ਦੇਣ ਦਾ ਮੌਕਾ ਮਿਲ ਰਿਹਾ, ਉਸ ਸ਼ਖਸ ਦੀ ਯਾਦ ਦੇ ਵਿੱਚ ਜਿਹਨੇ ਸਾਰਾ ਜੀਵਨ ਆਪਣਾ ਸੁਰ ਨੂੰ ਸਮਰਪਿਤ ਕਰ ਦਿੱਤਾ, ਉਸਤਾਦ ਜਨਾਬ ਸਾਵਰਕੋਟੀ ਸਾਹਿਬ, ਉਹਨਾਂ ਦੇ ਲਈ ਇੱਕ ਪਿਆਰੀ ਜੀ ਤਾੜੀ ਹੋ ਜਾਏ। ਔਰ ਸਾਡੇ ਪਿਤਾ ਜੀ ਉਸਤਾਦ ਪੂਰਨ ਸ਼ਾਹ ਕੋਟੀ ਜੀ, ਉਹ ਵੀ ਤਸ਼ਰੀਫ ਫਰਮਾਨ ਨੇ, ਸਾਡੇ ਵੱਡੇ ਭਾਅ ਜੀ ਮਾਸਟਰ ਸਲੀਮ ਜੀ, ਪੇਜੀ ਜੀ, ਬੂਟਾ ਚਾਚਾ ਜੀ ਔਰ ਮਾਸ਼ਾ ਵੀਰ, ਮੇਰਾ ਵੀਰ ਰਾਜਨ ਗਿੱਲ। ਕਹਿਣ ਦਾ ਭਾਵ, ਬਹੁਤ ਜਨਮ ਵਿਛੜੇ ਥੇ ਮਾਂ ਦੋਈਏ ਜਨਮ ਤੁਮਾਰੇ ਲੇਖੇ, ਜਿਨ੍ਹਾਂ ਜਿਨ੍ਹਾਂ ਨੇ ਜਨਮ ਆਪਣੇ ਮੁਰਸ਼ਦ ਦੇ ਕਦਮੀ ਸਮਰਪਿਤ ਕਰ ਦਿੱਤਾ। ਇੱਥੋਂ ਸੁਣਿਆ ਸੀ ਮੈਂ, ਅੱਜ ਮੈਂ ਦੇਖ ਵੀ ਲਿੱਤਾ ਕਿ ਕਹਿੰਦੇ ਸਾਈਕਲ ਤੇ ਇੱਥੋਂ ਸਿੱਖਣ ਲਈ ਜਾਂਦੇ ਹੁੰਦੇ ਸੀ, ਇਹ ਇਸ਼ਕ ਸੀ ਉਹਨਾਂ ਦਾ। ਇਸ਼ਕ ਦੇ ਵਿੱਚ ਸਾਰੇ ਵਾਅਦੇ ਟੁੱਟ ਜਾਂਦੇ ਨੇ, ਪੀਰ ਦਾ ਮੁਰੀਦ ਹਰ ਕੋਈ ਬਣ ਜਾਂਦਾ ਪਰ ਪੀਰ ਦਾ ਆਸ਼ਿਕ ਕੋਈ ਕੋਈ ਹੁੰਦਾ। ਔਰ ਪੀਰ ਕਾਮਲ ਹੋਵੇ, ਏਦਾਂ ਦਾ ਪੀਰ ਨਾ ਹੋਵੇ ਕਿ ਆਪ ਵੀ ਡੁੱਬੇ ਤੇ ਜਜਮਾਨਾਂ ਨੂੰ ਵੀ ਡੋਬਲੇ ਨਾਲ। ਔਰ ਜਿਹੜੇ ਜਿਹੜੇ ਉਸਤਾਦ ਜੀ ਦੇ ਕਦਮੀ ਲੱਗੇ ਨੇ ਤੇ ਉਹ ਉਹਨਾਂ ਨੇ ਆਪਣਾ ਆਪਣਾ ਮੁਕਾਮ ਹਾਸਿਲ ਕੀਤਾ, ਭਾਵੇਂ ਉਹ ਹੰਸਰਾਜ ਜੀ ਹੋਣ, ਜੱਸੀ ਜੀ ਹੋਣ, ਸਾਵਰਕੋਟੀ ਖਾਨ ਸਾਹਿਬ ਹੋਣ, ਮਾਸਟਰ ਸਲੀਮ ਜੀ ਹੋਣ, ਤੇ ਇਹਨਾਂ ਨੂੰ, ਇਹਨਾਂ ਦੀ ਗਾਇਕੀ ਨੂੰ ਦੇਖ ਦੇਖ ਕੇ, ਸਲੀਮ ਭਾਜੀ, ਸਾਵਰਕੋਟੀ ਸਾਹਿਬ, ਹੰਸਰਾਜ ਜੀ, ਇਹਨਾਂ ਦੀਆਂ ਗਾਇਕੀਆਂ ਨੂੰ ਸੁਣ ਸੁਣ ਕੇ ਅਸੀਂ ਥੋੜ੍ਹਾ ਬਹੁਤਾ ਗਾਉਣਾ ਸਿੱਖੇ ਹਾਂ। ਔਰ ਜ਼ਿਆਦਾ ਗੱਲਾਂ ਨਾ ਕਰਦਾ, ਜਿੱਦਾਂ ਸਮੇਂ ਦੀ ਨਜ਼ਾਕਤ ਨੂੰ ਸਮਝਦਾ ਹੋਇਆ ਇੱਕ ਵਿਛੋੜੇ ਦਾ ਕਲਾਮ ਮੈਂ ਪੇਸ਼ ਕਰ ਰਿਹਾ। ਵਿਛੜ ਜਾਵੇ ਜੇ ਯਾਰ ਤੇਰਾ, ਰੱਬਾ ਵਿਛੜ ਜਾਵੇ ਜੇ ਯਾਰ ਤੇਰਾ, ਪਤਾ ਲੱਗ ਜੇ ਵਿਛੋੜਾ ਕੀ, ਤੈਨੂੰ
ਹਲੇ ਚੈੱਕ ਥੋੜੀ ਜਿਹੀ ਗੇਮ ਖੋਲ ਥੋੜੀ ਜਿਹੀ ਗੇਮ ਖੋਲ ਹਲੇ ਚੈੱਕ ਹਲੇ ਆ ਜਾ ਮਨੀ ਥੋੜੀ ਜਿਹੀ ਡਿਲੇ ਦੇ ਦੇ ਥੋੜੀ ਜਿਹੀ ਡਿਲੇ ਦੇ ਦੇ ਨਾਲ ਰਫੀ ਥੋੜੀ ਜਿਹੀ ਡਿਲੇ ਦੇ ਦੇ ਗੁਸਤਾਖੀ ਲਈ ਮਾਫੀ ਚਾਹੁੰਦਾ ਜੇ ਮੈਂ ਅੱਜ ਕੈਂਸਲ ਕਰ ਦਿੰਦਾ ਸ਼ਾਇਦ ਇਹਨਾਂ ਨੂੰ ਏਦਾਂ ਕਿਤੇ ਜਾਣ ਕੇ ਨਹੀਂ ਆਇਆ ਕੋਈ ਪ੍ਰੋਬਲਮ ਸੀ ਮੇਰੀ ਜਾੜ ਇੱਥੋਂ ਉਹਦੇ 'ਚ ਫਸ ਪਈ ਹੋਈ ਹੈ ਜਾੜ ਦੇ ਵਿੱਚ ਪਰ ਇਹ ਸਮੇਂ ਦੀ ਨਜ਼ਾਕਤ ਨੂੰ ਸਮਝਦਾ ਹੋਇਆ ਪਤਾ ਲੱਗ ਜੇ ਵਿਛੋੜਾ ਕੀ ਤੈਨੂੰ ਕਹਿਣਾ ਪੈ ਜੇ ਦੁਨੀਆ ਨੂੰ ਮਾਹੀ ਵਾਜ ਨਾ ਲੱਗਦਾ ਜੀ ਹੋ ਮਾਹੀ ਵਾਜ ਨਾ ਲੱਗਦਾ ਜੀ ਕਿੱਥੇ ਰੱਖਾਂ ਰੱਬਾ ਮੈਂ ਤੈਨੂੰ ਕਿੱਥੇ ਰੱਖਾਂ ਰੱਬਾ ਮੈਂ ਤੈਨੂੰ ਹੋ ਦਿਲ ਤਾਂ ਮੇਰਾ ਯਾਰ ਲੈ ਗਿਆ ਜਿੰਦਾ ਲਾ ਕੇ ਇਸ਼ਕ ਵਾਲਾ ਮੈਨੂੰ ਜਿੰਦਾ ਲਾ ਕੇ ਇਸ਼ਕ ਵਾਲਾ ਮੈਨੂੰ ਹੋ ਕੁੰਜੀ ਸੋਹਣਾ ਨਾ ਲੈ ਜਿੰਦਾ ਲਾ ਕੇ ਇਸ਼ਕ ਵਾਲਾ ਮੈਨੂੰ ਹੋ ਗਮ ਸਜਣਾ ਨਾ ਵੱਡ ਵੱਡ ਖਾਵੇ ਹੋ ਗਮ ਸਜਣਾ ਨਾ ਵੱਡ ਵੱਡ ਖਾਵੇ ਚੈਨ ਆਰਾਮ ਤੇ ਸਬਰ ਨਾ ਆਵੇ ਦੁੱਖ ਰੋ ਕੇ ਸੁਣਾਵਾਂ ਕਿਨੂੰ ਦੁੱਖ ਰੋ ਕੇ ਸੁਣਾਵਾਂ ਕਿਨੂੰ ਕੋਈ ਨਾ ਮੇਰੇ ਨਾਲ ਰਹਿ ਗਿਆ ਦੁੱਖ ਰੋ ਕੇ ਸੁਣਾਵਾਂ ਕਿਨੂੰ ਕੋਈ ਨਾ ਮੇਰੇ ਨਾਲ ਰਹਿ ਗਿਆ ਕਿੱਥੇ ਰੱਖਾਂ ਰੱਬਾ ਸੁਰਿੰਦਰ ਜੀ ਪਹੁੰਚੇ ਉੱਥੇ ਮਧੂ ਸਾਈਂ ਜੀ ਪਹੁੰਚੇ ਮੈਂ ਧੰਨਵਾਦ ਕਰਦਾ ਔਰ ਨਾਲ ਯੋਗੇਸ਼ ਛਾਵੜਾ ਜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬਹੁਤ ਵੱਡੀ ਹਸਤੀ ਪਹੁੰਚੀ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਨਿਕਲਿਆ ਤੂੰ ਵੀ ਹਾਨਤ ਹਰ ਜਾਈ ਨਿਕਲਿਆ ਤੂੰ
ਕੱਢ ਕੇ ਮੇਰੇ ਵਿੱਚੋਂ ਮੈਨੂੰ, ਤੂੰ ਕੱਢ ਕੇ ਮੇਰੇ ਵਿੱਚੋਂ ਮੈਨੂੰ, ਬੇਟੇਰਾ ਲਾ ਕੇ ਆ ਬਹਿ ਗਿਆ, ਤੂੰ ਕੱਢ ਕੇ ਮੇਰੇ ਵਿੱਚੋਂ ਰੱਖਾਂ ਰੱਬਾ ਮੈਂ ਤੈਨੂੰ, ਹੋ ਦਿਲ ਤਾਂ ਮੇਰਾ ਯਾਰ ਲੈ ਗਿਆ, ਕਿੱਥੇ ਰੱਖਾਂ ਰੱਬਾ ਮੈਂ ਤੈਨੂੰ। ਥੈਂਕ ਯੂ ਜੀ, ਸ਼ੁਕਰੀਆ, ਮਿਹਰਬਾਨੀ। ਵਨੀਤ ਖਾਨ ਜੀ, ਉਹਨਾਂ ਲਈ ਤਾੜੀਆਂ ਜ਼ੋਰਦਾਰ ਚਾਹੀਦੀਆਂ। ਸੋ ਜਿੱਥੇ ਵਨੀਤ ਖਾਨ ਜੀ, ਉਹਨਾਂ ਲਈ ਤਾੜੀਆਂ, ਉੱਥੇ ਸਾਡੇ ਵੱਡੇ ਭਾਜੀ ਇਹਨਾਂ ਦੇ ਛੋਟੇ ਭਰਾ ਕਮਲ ਖਾਨ ਜੀ, ਉਹਨਾਂ ਲਈ ਜ਼ੋਰਦਾਰ ਤਾੜੀਆਂ ਚਾਹੀਦੀਆਂ। ਬੜੇ ਸੁਰੀਲੇ ਇਹ ਸਾਡੇ ਭਰਾ ਨੇ, ਅਸੀਂ ਦੁਆ ਕਰਦੇ ਹਾਂ ਕਿ ਮਾਲਕ ਤੁਹਾਨੂੰ ਹੋਰ ਇਸ ਤਰ੍ਹਾਂ ਸੁਰ ਦੇ ਨਾਲ ਜੋੜੀ ਰੱਖੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਔਰ ਮਧੂ ਸਾਈਂ ਜੀ, ਮੇਰਾ ਧੰਨਵਾਦ ਕਰਦਾ ਸਾਡੇ